ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666। ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਮੇਰਾ ਸਾਥ ਦੇਣਗੇ ਡਾਕਟਰ ਦਵਿੰਦਰ ਸਿੰਘ ਸੇਖੋਂ, ਜਿਹੜੇ ਸਾਡੇ ਮਹਿਮਾਨ ਨੇ ਟੋਰੋਂਟੋ ਤੋਂ। ਡਾਕਟਰ ਸਾਹਿਬ ਵੱਲੋਂ 6 ਤੋਂ ਵੱਧ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਅਤੇ ਉਸ ਤੋਂ ਇਲਾਵਾ ਇੱਕ ਬਹੁਤ ਵੱਡੇ ਪ੍ਰੋਜੈਕਟ 'ਤੇ ਕੰਮ ਕਰ ਰਹੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦਾ ਇੰਗਲਿਸ਼ ਵਿੱਚ ਟਰਾਂਸਲੇਸ਼ਨ ਕਰ ਰਹੇ ਨੇ। ਇਸ ਦੇ ਵਿੱਚ ਤਕਰੀਬਨ 2 ਸਾਲ ਪੂਰੇ ਮੁਕੰਮਲ ਹੋ ਚੁੱਕੇ ਨੇ। ਇਹਨਾਂ ਨੇ ਜਿਹੜਾ ਇਹ ਪ੍ਰੋਜੈਕਟ ਇਨੀਸ਼ੀਏਟ ਕੀਤਾ ਸੀ ਅਤੇ ਅੱਗੇ 4 ਹੋਰ ਸਾਲ ਲੱਗਣਗੇ। ਅਤੇ ਇਹ ਜੋ ਇੰਗਲਿਸ਼ ਟਰਾਂਸਲੇਸ਼ਨ ਕੀਤੀ ਜਾ ਰਹੀ ਹੈ, ਇਸ ਦੇ ਵਿੱਚ ਫੋਕਸ ਇਹੀ ਹੈਗਾ ਕਿ ਕਈ ਵਾਰ ਜਦੋਂ ਅਸੀਂ ਗੁਰਦੁਆਰਾ ਸਾਹਿਬਾਂ 'ਚ ਬੈਠ ਕੇ ਸ਼ਬਦ ਪੜ੍ਹਦੇ ਹਾਂ ਅਤੇ ਜਦੋਂ ਟਰਾਂਸਲੇਸ਼ਨ ਕਿਸੇ ਸ਼ਬਦ ਦੀ ਕੀਤੀ ਜਾਂਦੀ ਹੈ ਤਾਂ ਉਹ ਬਿਲਕੁਲ ਹੀ ਇੱਕ ਤਰ੍ਹਾਂ ਦੀ ਲਿਟਰਲ ਟਰਾਂਸਲੇਸ਼ਨ ਹੁੰਦੀ ਹੈ। ਅਤੇ ਉਸ ਵਾਸਤੇ ਡਾਕਟਰ ਸਾਹਿਬ ਨੇ ਇਹ ਇਨੀਸ਼ੀਏਟਿਵ ਲਿਆ ਕਿ ਇਸ ਉੱਤੇ ਕੰਮ ਕੀਤਾ ਜਾਵੇ ਤਾਂ ਕਿ ਸਾਡੀ ਨਵੀਂ ਆਉਣ ਵਾਲੀ ਪਨੀਰੀ 'ਤੇ ਅਸੀਂ ਵੀ ਸਹੀ ਤਰੀਕੇ ਨਾਲ ਸਮਝ ਸਕੀਏ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰਦੇ ਨੇ। ਬਾਣੀ ਵਿੱਚ ਕਈ ਐਸੇ ਸ਼ਬਦ ਨੇ, ਪਹਿਲੀ ਗੱਲ ਤਾਂ ਬਾਣੀ 'ਚ ਕੋਈ ਕੌਂਟਰਡਿਕਸ਼ਨ ਹੈ ਨਹੀਂ, ਲੇਕਿਨ ਕਈ ਵਾਰ ਕਈ ਐਸੇ ਸ਼ਬਦ ਆਉਂਦੇ ਨੇ ਜਿਨ੍ਹਾਂ ਦੀ ਸਮਝ ਨਹੀਂ ਆਉਂਦੀ। ਸੋ ਡਾਕਟਰ ਸਾਹਿਬ ਕੁਝ ਐਸਾ ਵੀ ਉਪਰਾਲਾ ਕਰ ਰਹੇ ਨੇ ਆਪਣੀ ਲਿਖਤਾਂ ਦੇ ਵਿੱਚ, ਜਿਹੜੇ ਇਹ ਆਰਟੀਕਲਸ ਪਬਲਿਸ਼ ਕਰਦੇ ਨੇ, ਕਿ ਕਈ ਐਸੇ ਸ਼ਬਦ ਲੈਂਦੇ ਨੇ ਜਿਨ੍ਹਾਂ ਨੂੰ ਕਿ ਵਿਸਥਾਰ ਵਿੱਚ ਐਕਸਪਲੇਨ ਕਰਦੇ ਨੇ ਤਾਂ ਕਿ ਕੋਈ ਕੌਂਟਰਡਿਕਸ਼ਨ ਮਨ ਵਿੱਚ ਨਾ ਰਹਿ ਜਾਏ। ਇਸੀ ਸੰਬੰਧ ਵਿੱਚ ਅੱਜ ਅਸੀਂ ਇਸ ਐਪੀਸੋਡ ਵਿੱਚ ਗੱਲਬਾਤ ਕਰਾਂਗੇ। ਕੁਝ ਸ਼ਬਦਾਂ ਦੇ ਉੱਤੇ ਡਾਕਟਰ ਸਾਹਿਬ ਦੀ ਜਾਣਕਾਰੀ ਲੈਂਦੇ ਹਾਂ ਕਿ ਗੁਰੂ ਸਾਹਿਬ ਅਸਲ ਵਿੱਚ ਇਹਨਾਂ ਸ਼ਬਦਾਂ ਵਿੱਚ ਕੀ ਕਹਿ ਰਹੇ ਨੇ। ਸੋ ਸਵਾਗਤ ਕਰਦੇ ਹਾਂ ਡਾਕਟਰ ਦਵਿੰਦਰ ਸਿੰਘ ਸੇਖੋਂ ਦਾ। ਜੀ ਹਾਂ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਸਰ, ਹਰਪ੍ਰੀਤ ਸਿੰਘ ਜੀ, ਬਹੁਤ ਸ਼ੁਕਰੀਆ ਤੁਹਾਡਾ ਇਨਵਾਈਟ ਕਰਨ ਦਾ ਅਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਡਾਕਟਰ ਸਾਹਿਬ, ਗੁਰਬਾਣੀ ਦੇ ਵਿੱਚ 1430 ਅੰਕਾਂ ਦੇ ਵਿੱਚ ਕੌਂਟਰਡਿਕਸ਼ਨ ਕੋਈ ਨਹੀਂ ਹੈਗੀ, ਸਾਨੂੰ ਪਤਾ ਹੈ, ਸਵਾਲ ਨਹੀਂ ਪੈਦਾ ਹੁੰਦਾ। ਜਿੱਥੇ ਵੀ ਗੁਰੂ ਸਾਹਿਬ ਕੁਝ ਕਹਿ ਰਹੇ ਨੇ ਸਾਨੂੰ ਇੱਕ ਮੈਸੇਜ ਦੇ ਰਹੇ ਨੇ ਅਤੇ ਰਹਾਓ ਦੇ ਵਿੱਚ ਉਸਦਾ ਜਿਹਨੂੰ ਕਹਿੰਦੇ ਜੀ ਮੂਲ ਅਰਥ ਜਿਹੜਾ ਸਾਨੂੰ ਪਤਾ ਲੱਗ ਜਾਂਦਾ ਹੈ। ਪਰ ਕਈ ਵਾਰ ਐਸੇ ਸ਼ਬਦ ਨੇ ਜਿਹੜੇ ਕਿ ਸਮਝੋਂ ਬਾਹਰ ਹੋ ਜਾਂਦੇ ਨੇ, ਕਿਉਂਕਿ ਅਸੀਂ ਇੰਨੀ ਮਿਹਨਤ ਨਹੀਂ ਕਰਦੇ ਪਹਿਲੀ ਗੱਲ, ਅਤੇ ਦੂਸਰਾ ਸਾਡੀ ਸਮਝ ਵੀ ਉਨੀ ਨਹੀਂ ਕਿ ਅਸੀਂ ਸਮਝ ਸਕੀਏ। ਸੋ ਕੁਝ ਐਸੇ ਸ਼ਬਦ ਜਿਹੜੇ ਤੁਸੀਂ ਖਾਸ ਤੌਰ 'ਤੇ ਅੱਜ ਚਾਹੋਗੇ ਸਾਡੇ ਦਰਸ਼ਕਾਂ ਨੂੰ ਉਸ ਬਾਰੇ ਸਾਂਝ ਪਾਉਂਦੇ, ਕਿਹੜੇ ਹਨ ਜੀ ਉਹ ਸ਼ਬਦ? ਸਰਪ੍ਰੀਤ ਸਿੰਘ ਜੀ, ਮੈਂ ਵੀ ਆਮ ਇਨਸਾਨ ਹੀ ਹਾਂ, ਮੈਂ ਇਹ ਕਦੇ ਕਲੇਮ ਨਹੀਂ ਕਰਾਂਗਾ ਕਿ ਜਿਹੜੇ ਮੈਂ ਅਰਥ ਕੀਤੇ ਨੇ ਇਹੋ ਹੀ ਫਾਈਨਲ ਚੀਜ਼। ਐਬਸੋਲਿਊਟਲੀ। ਮੈਂ ਪਿਛਲੇ ਹਫ਼ਤੇ ਜਾਂ ਉਸ ਤੋਂ ਪਿਛਲੇ ਹਫ਼ਤੇ ਵੀ ਬੇਨਤੀ ਕੀਤੀ ਸੀ ਕਿ ਦੋ ਗੱਲਾਂ ਨੂੰ ਸਿਹਤ 'ਚ ਰੱਖਣਾ, ਕਿ ਇੱਕ ਤਾਂ ਕਦੇ ਵੀ ਇਹ ਨਹੀਂ ਕਹਿਣਾ ਵੀ ਗੁਰੂ ਗ੍ਰੰਥ ਸਾਹਿਬ 'ਚ ਕੰਟਰਾਡਿਕਸ਼ਨ ਹੈ। ਰਾਈਟ। ਇਹ ਜਿਹੜੀ ਹੈਗੀ ਹੈ ਕਹਿਣਾ ਮਨ ਮੁਖਤਾ ਹੈ, ਇਹ ਸਾਡੀ ਕਮਜ਼ੋਰੀਆਂ ਨੂੰ ਅਸੀਂ ਗੁਰੂ ਸਾਹਿਬ 'ਤੇ ਜੇ ਥੋਪੀਏ ਤਾਂ ਉਸ ਤੋਂ ਵੱਡਾ ਹੋਰ ਆਪਣੇ ਗੁਨਾਹ ਕੋਈ ਨਹੀਂ ਹੋ ਸਕਦਾ। ਬਿਲਕੁਲ। ਅਤੇ ਮੈਂ ਕੋਸ਼ਿਸ਼ ਸਿਰਫ ਕੀਤੀਆਂ ਕਈ ਲਫ਼ਜ਼ਾਂ ਦੇ ਜਿਹੜੇ ਨੇ ਉਹਨਾਂ ਨੂੰ ਸੋਚਿਆ ਜਾਵੇ ਵੀ ਤਾਂ ਕੀ ਭਾਵ ਆ, ਅਤੇ ਕਈ ਵਾਰੀ ਮੈਨੂੰ ਬਹੁਤ ਡੂੰਘਾ ਭਾਵ ਨਜ਼ਰ ਉੱਤੇ ਆਉਂਦਾ, ਇਹ ਵੀ ਉਹਦੀ ਮਿਹਰ ਹੀ ਹੈ ਜੀ। ਹੁਣ ਜਿਵੇਂ ਫਰਜ਼ ਕਰੋ ਆਸਾ ਦੀ ਵਾਰ ਦੇ ਵਿੱਚ ਗੁਰੂ ਸਾਹਿਬ ਦਾ ਸਲੋਕ ਆਉਂਦਾ, ਗੁਰੂ ਨਾਨਕ ਸਾਹਿਬ ਦਾ ਬਹੁਤ ਅਰਲੀ ਆਉਂਦਾ ਜੀ, ਕਿ ਭੈ ਵਿੱਚ ਪਵਨ ਵਾਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਪਾਰ। ਬਾਕੀ ਸਭ ਠੀਕ ਹੈ, ਭਾਉ ਦਾ ਮਤਲਬ ਹੈ ਉਹਦਾ ਹੁਕਮ, ਉਹਦੇ ਕਾਨੂੰਨ, ਉਹਦੇ ਡਰ ਅਦਬ ਦੇ ਵਿੱਚ ਚੱਲਦਾ ਸਾਰਾ ਕੁਛ ਹੈਗਾ, ਜੋ ਵੀ ਹੈਗਾ ਆ ਪੌਣ ਵੀ ਉਹਦੇ ਹੁਕਮ ਨਾਲ ਚੱਲਦੀ ਆ, ਅਤੇ ਬਾਕੀ ਜੋ ਹੈਗਾ ਜ਼ਿੰਦਗੀ ਦੇ ਦਰਿਆ ਜਾਂ ਦੂਜੇ ਦਰਿਆ ਇਹ ਸਭ ਉਹਦੇ ਹੁਕਮ ਨਾਲ ਚੱਲਦੇ ਨੇ। ਅਤੇ ਇੱਥੇ ਆ ਕੇ ਮੈਂ ਰੁਕ ਗਿਆ ਵੀ ਭੈ ਵਿੱਚ ਧਰਤੀ ਦੱਬੀ ਪਾਰ, ਕਿਹੜਾ ਪਾਰ ਆ ਜਿਹਦੇ ਥੱਲੇ ਧਰਤੀ ਦੱਬੀ ਪਈ ਹੈ? ਅਤੇ ਮੈਂ ਵੇਖਿਆ ਜਿਹੜੇ ਪ੍ਰਚਲਿਤ ਅਰਥ ਨੇ ਕਿਸੇ ਨੇ ਐਕਸਪਲੇਨ ਨਹੀਂ ਕੀਤਾ, ਇਹੋ ਸਿਰਫ ਕਿਹਾ ਵੀ ਉਹਦੇ ਹੁਕਮ ਦੇ ਵਿੱਚ ਹੀ ਭਾਰ ਥੱਲੇ ਦੱਬੀ ਪਈ ਹੈ ਜੀ। ਇੱਕ ਜਿਹੜੇ ਵਿਦਵਾਨ ਨੇ ਉਹਨਾਂ ਇਹੋ ਹੀ ਕਿਹਾ ਵੀ ਜਿਹੜੀ ਧਰਤੀ ਆ ਆਪਣੇ ਭਾਰ 'ਚ ਕਰਸ਼ ਹੋਈ ਪਈ ਹੈ। ਪਹਿਲੀ ਗੱਲ ਤਾਂ ਧਰਤੀ ਕਰਸ਼ ਹੋਈ ਨਹੀਂ, ਪਤਾ ਨਹੀਂ ਕਿੰਨੇ ਬਿਲੀਅਨ ਸਾਲ ਤੋਂ ਚੱਲ ਰਹੀ ਹੈ, ਕੋਈ 'ਚ ਕਰਸ਼ ਨਹੀਂ ਹੋਈ। ਦੂਜੀ ਗੱਲ ਹੈ ਵੀ ਕੋਈ ਵੀ ਚੀਜ਼ ਕਿੱਡੀ ਵੱਡੀ ਕਿਉਂ ਨਾ ਹੋਵੇ ਆਪਣੇ ਭਾਰ ਥੱਲੇ ਕਰਸ਼ ਨਹੀਂ ਹੁੰਦੀ। ਹਾਥੀ ਹੈ, ਵੇਲ, ਬਲੂ ਵੇਲ ਆ, ਕਈ ਸੈਂਕੜੇ ਟਨ ਭਾਰੀ ਹੁੰਦੀ ਹੈ, ਉਹ ਬੜੇ ਸੋਹਣੇ ਤਰਦੀਆਂ ਫਿਰਦੀਆਂ ਪਾਣੀ 'ਚ, ਆਪਣੇ ਭਾਰਤ ਵਾਲੀ ਕੋਈ ਚੀਜ਼ ਕਰਸ਼ ਨਹੀਂ ਹੁੰਦੀ। ਕਰਸ਼ ਬਾਹਰਲਾ ਜਿਹੜਾ ਪ੍ਰੈਸ਼ਰ ਹੋਵੇ ਉਹਦੇ ਨਹੀਂ ਹੁੰਦੀ, ਅਤੇ ਇਹਦੇ 'ਤੇ ਕਿਹੜਾ ਬਾਹਰਲਾ ਪ੍ਰੈਸ਼ਰ? ਅਤੇ ਕਈ ਵਾਰੀ ਭਾਰ ਮੈਨੂੰ ਇਹ ਲੱਗਾ ਵੀ ਜਿਵੇਂ ਕਹਿੰਦੇ ਗੁਰੂ ਸਾਹਿਬ ਇਹਨਾਂ ਕਹਿੰਦੇ ਪਾਪਾਂ ਦੇ ਭਾਰ ਥੱਲੇ ਦੱਬੀ ਆ, ਪਾਸੀਬਿਲਿਟੀ ਹੋ ਸਕਦੀ ਸੀ। ਪਰ ਦੂਜੇ ਪਾਸੇ ਇਹ ਆਉਂਦਾ ਵੀ ਜਿੱਥੇ ਪਾਪ ਕਰਦੇ ਲੋਕ ਨੇ ਉੱਥੇ ਧਰਮੀ ਲੋਕ ਵੀ ਬਹੁਤ ਨੇ, ਇਸ ਕਰਕੇ ਉਹ ਭਾਰ ਦੀ ਗੱਲ ਇੱਥੇ ਗੁਰੂ ਸਾਹਿਬ ਨਹੀਂ ਕਰ ਰਹੇ। ਫਿਰ ਇਹਦੇ ਬਾਰੇ ਮੈਂ ਹੋਰ ਥੋੜ੍ਹਾ ਡੂੰਘਾ ਸੋਚਿਆ ਜੀ, ਅਤੇ ਮੈਂ ਵੀਰ ਜੀ ਹੈਰਾਨ ਰਹਿ ਗਿਆ ਵੀ ਗੁਰੂ ਸਾਹਿਬ ਦੀ ਸੋਚ ਇੰਨੀ ਦੂਰ ਤੱਕ ਦੀ, ਇੰਨੀ ਡੂੰਘੀ ਕਿਵੇਂ ਪਵੇਗੀ? ਉਹਨਾਂ ਨੇ ਇੱਥੇ ਅਸਲੀ ਮਹਿਣਿਆਂ ਵਿੱਚ ਜਿਹੜਾ ਗ੍ਰੈਵੀਟੇਸ਼ਨ ਫੋਰਸ ਹੈਗਾ ਨਾ, ਪਰਸਪਰ ਜਿਹੜੇ ਖਿੱਚ ਹੈਗੀ ਆ ਗ੍ਰਹਿਵਾਂ ਦੀ ਜਾਂ ਕਿਸੇ ਵੀ ਦੋ ਆਬਜੈਕਟਸ ਦੀ, ਅਸੀਂ ਇੱਥੇ ਕਿਸੇ ਚੀਜ਼ ਨੂੰ ਤਾਂ ਸੁੱਟਦੇ ਹਾਂ, ਇਹ ਧਰਤੀ ਦੀ ਖਿੱਚ ਨਾਲ ਵਾਪਸ ਆਉਂਦਾ। ਬਿਲਕੁਲ। ਅਤੇ
ਉਹਨਾਂ ਇਹ ਦੱਸਿਆ ਆ ਕਿ ਧਰਤੀ ਜਿਹੜੀ ਆ ਦੱਬੀ ਭਾਰ ਦਾ ਮਤਲਬ ਹੈ ਆਪਣੇ ਜਿੱਥੇ ਵੀ ਇਹਦਾ ਨਿੱਜੀ ਸਥਾਨ ਹੈਗਾ ਜੀ ਉੱਥੇ ਟਿਕੀ ਪਈ ਆ ਉੱਥੋਂ ਇੱਧਰ ਉੱਧਰ ਨਹੀਂ ਹੁੰਦੀ ਇਹਦਾ ਮਤਲਬ ਇਹ ਨਹੀਂ ਗੁਰੂ ਸਾਹਿਬ ਨੇ ਕਿਹਾ ਵੀ ਆਪਣੇ ਐਕਸਿਸ ਦੁਆਲੇ ਘੁੰਮ ਨਹੀਂ ਸਕਦੀ ਜਾਂ ਸੂਰਜ ਦੁਆਲੇ ਚੱਕਰ ਨਹੀਂ ਲਾ ਸਕਦੀ ਉਹ ਗੱਲ ਨਹੀਂ ਉਹਨਾਂ ਕਹੀ ਉਹਨਾਂ ਸਿਰਫ ਕਹੀ ਹੈ ਵੀ ਜਿੱਥੇ ਵੀ ਟਿਕਾਈ ਆ ਅਕਾਲ ਪੁਰਖ ਨੇ ਉੱਥੇ ਉਹ ਟਿਕੀ ਪਈ ਆ ਦੱਬੀ ਦਾ ਮਤਲਬ ਉਹਨੂੰ ਉੱਥੇ ਇਟਸ ਹੈਜ਼ ਬਿਨ ਹੈਲਡ ਦੇ ਰਾਈਟ ਹੁਣ ਜਿਵੇਂ ਤੁਸੀਂ ਫਰਜ਼ ਕਰੋ ਇੱਕ ਬੈਲੂਨ ਜਿਹਨੂੰ ਅਸੀਂ ਪਕਾਉਣਾ ਕਹਿੰਦੇ ਹਾਂ ਸਾਡੇ ਇਲਾਕੇ 'ਚ ਉਹ ਜੇ ਤੁਸੀਂ ਹਾਈਡਰੋਜਨ ਦਾ ਹੀਲੀਅਮ ਨਾਲ ਭਰਿਆ ਹੋਵੇ ਤਾਂ ਉੱਡ ਜਾਏਗਾ ਤਾਂ ਉਹਨੂੰ ਫੜ ਕੇ ਰੱਖਣ ਵਾਸਤੇ ਉਹਦੀ ਜਗ੍ਹਾ 'ਤੇ ਰੱਖਣ ਵਾਸਤੇ ਜਾਂ ਤਾਂ ਉਹਨੂੰ ਬੰਨ੍ਹਣਾ ਪਏਗਾ ਜਾਂ ਉਹਦੇ ਥੱਲੇ ਕੋਈ ਭਾਰ ਦੇ ਕੇ ਉਹਨੂੰ ਉੱਥੇ ਰੱਖਣਾ ਪਏਗਾ ਬਿਲਕੁਲ ਇਹੋ ਸਥਿਤੀ ਗੁਰੂ ਸਾਹਿਬ ਨੇ ਕਹੀ ਹੈ ਕਿ ਉਹ ਜਿਹੜੀ ਧਰਤੀ ਹੈ ਉਹਦੇ ਹੁਕਮ ਦੇ ਨਾਲ ਉਹ ਭਾਰ ਥੱਲੇ ਦੱਬੀ ਪਈ ਹੈ ਉਹਦਾ ਭਾਰ ਆ ਉਹ ਹੈਗਾ ਆ ਅਟਰੈਕਸ਼ਨ ਮਿਊਚੁਅਲ ਅਟਰੈਕਸ਼ਨ ਜਿਹਨੂੰ ਆਪਾਂ ਗ੍ਰੈਵੀਟੇਸ਼ਨ ਫੋਰਸ ਕਹਿੰਦੇ ਹਾਂ ਰਾਈਟ ਉਹ ਗ੍ਰੈਵੀਟੇਸ਼ਨ ਫੋਰਸ ਦੇ ਥੱਲੇ ਅੱਛਾ ਦੂਜੀ ਫਿਰ ਇਹਦੇ ਨਾਲ ਇਹ ਹੋਰ ਹੀ ਪਤਾ ਲੱਗਦਾ ਹੈ ਵੀ ਨਹੀਂ ਤਾਂ ਜੇ ਭਾਰ ਥੱਲੇ ਉੱਡ ਜਾਏਗੀ ਇਹਦਾ ਮਤਲਬ ਇਹ ਆ ਕਿ ਉਹ ਘੁੰਮ ਹੀ ਰਹੀ ਹੈ ਜੀ ਸੋ ਇਹ ਜਦੋਂ ਮੇਰੇ ਉਹਨੇ ਸੋਚ ਬਖਸ਼ੀ ਤਾਂ ਮੈਨੂੰ ਇੱਦਾਂ ਲੱਗਾ ਵੀ ਜਿਵੇਂ ਪਰਮਾਤਮਾ ਨੇ ਵੇਖੋ ਗੁਰੂ ਸਾਹਿਬ ਨੂੰ ਇੰਨੀਆਂ ਸ਼ਕਤੀਆਂ ਉਹਨਾਂ ਕੋਲ ਸੀ ਉਹਨਾਂ ਉਹ ਪਹਿਲੀ ਗੱਲ ਆਪਾਂ ਇਹ ਨਾ ਸੋਚੀਏ ਵੀ ਗੁਰੂ ਸਾਹਿਬ ਸਾਨੂੰ ਕੋਈ ਵਿਗਿਆਨ ਦਾ ਗਿਆਨ ਦੇਣ ਆਏ ਸੀ ਇਹ ਉਹਨਾਂ ਦਾ ਕੰਮ ਹੀ ਨਹੀਂ ਉਹ ਸਾਡੇ ਸਿਰਫ ਕੈਰੈਕਟਰ ਨੂੰ ਉੱਚਾ ਚੁੱਕਣ ਅਤੇ ਵਾਹਿਗੁਰੂ ਨਾਲ ਮਿਲਾਪ ਕਰਾਉਣ ਵਾਸਤੇ ਆਏ ਸੀ ਬੰਦਿਆ ਤੇਰਾ ਜਿਹੜਾ ਇਸ ਸੰਸਾਰ ਦੇ ਵਿੱਚ ਕੈਰੈਕਟਰ ਆ ਉਹ ਵਧੀਆ ਹੋਵੇ ਲੋਕਾਂ ਦਾ ਭਲਾ ਕਰ ਬਿਲਕੁਲ ਆਪਣੀ ਆਤਮਾ ਨੂੰ ਉੱਚਾ ਚੁੱਕ ਤਾਂ ਕਿ ਤੂੰ ਅਕਾਲ ਪੁਰਖ ਪਰ ਐਗਜ਼ਾਮਪਲਸ ਰਾਹੀਂ ਸਾਨੂੰ ਉਹਨਾਂ ਨੇ ਇਹ ਸੋਚ ਦਿੱਤੀ ਇਹੋ ਜੀ ਇਸ ਤਰ੍ਹਾਂ ਹਾਂ ਕਿਤੇ ਕਿਤੇ ਕੱਲੀ ਇਹ ਨਹੀਂ ਹੈਗੀ ਉਹਨਾਂ ਦੀਆਂ ਬੜੀਆਂ ਅਜੀਬ ਗੱਲਾਂ ਨੇ ਐਬਸੋਲੂਟਲੀ ਸੋ ਕਿਸ ਤਰੀਕੇ ਨਾਲ ਗੁਰੂ ਸਾਹਿਬ ਸਹਾਰਾ ਲੈਂਦੇ ਨੇ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਐਕਸਪਲੇਨ ਕਰਨ ਲਈ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਇਸ ਬ੍ਰੇਕ ਤੋਂ ਬਾਅਦ ਸ਼ੋਰ ਪਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ ਕੰਟੈਕਟ ਕਰੋ ਸੰਦੀਪ ਕੌਰ 604-825-9295 ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ 604-507-6666 ਭੈ ਵਿੱਚ ਧਰਤੀ ਦੱਬੀ ਪਾਰ ਇਹ ਸ਼ਬਦ ਦੀ ਵਿਆਖਿਆ ਬ੍ਰੇਕ ਤੋਂ ਪਹਿਲਾਂ ਡਾਕਟਰ ਦਵਿੰਦਰ ਸਿੰਘ ਸੇਖੋਂ ਕਰ ਰਹੇ ਸੀ ਅਗੇਨ ਜਿਹੜਾ ਇਹਨਾਂ ਨੇ ਗੱਲ ਕੀਤੀ ਹੈ ਗੁਰੂ ਸਾਹਿਬ ਜਿਹੜੇ ਐਗਜ਼ਾਮਪਲ ਜਾਂ ਬਾਣੀ ਦੇ ਵਿੱਚ ਸਾਨੂੰ ਸੰਕੇਤ ਕਰ ਰਹੇ ਨੇ ਮੈਸੇਜ ਦੇ ਰਹੇ ਨੇ ਉਹੀ ਹੈ ਕਿਸ ਤਰੀਕੇ ਨਾਲ ਅਸੀਂ ਆਪਣੇ ਆਪ ਦੇ ਕਰੈਕਟਰ ਨੂੰ ਅਪਲਿਫਟ ਕਰਨਾ ਹੈ ਆਓ ਇਸੀ ਸਫ਼ਰ ਵਿੱਚ ਮੁੜ ਤੋਂ ਜੁੜ ਕੇ ਡਾਕਟਰ ਦਵਿੰਦਰ ਸਿੰਘ ਸੇਖੋਂ ਤੋਂ ਹੋਰ ਜਾਣਕਾਰੀ ਲੈ ਰਹੇ ਹਾਂ ਸਾਨੂੰ ਵਹਿਮਾ ਉਹਨਾਂ ਦਾ ਵੱਡਾ ਸੀ ਕਿ ਜਿਹੜਾ ਉਹਨਾਂ ਦਾ ਵਿਚਾਰ ਸੀ ਕਿ ਸਾਨੂੰ ਵਹਿਮਾਂ ਭਰਮਾਂ ਚੋਂ ਕੱਢਿਆ ਜਾਏ ਜਿਹੜੀਆਂ ਗੱਲਾਂ ਪ੍ਰਚਲਿਤ ਨੇ ਉਹ ਸਾਨੂੰ ਲਕੀਰ ਦਾ ਫਕੀਰ ਬਣਾਉਂਦੀਆਂ ਨੇ ਉਹਨੂੰ ਜੋ ਉੱਪਰ ਅਕਾਲ ਪੁਰਖ ਦੀ ਬੇਅੰਤਤਾਈ ਨੂੰ ਸਮਝਣਾ ਉੱਥੇ ਨੰਬਰ ਨਹੀਂ ਲਾਉਣੇ ਹੁਣ ਜਿਵੇਂ ਆਮ ਲੋਕਾਂ ਦੇ ਇਹ ਹੈਗੇ ਵੀ ਜਿਹੜੀ ਰੀਪ੍ਰੋਡਕਸ਼ਨ ਦੇ ਸਿਰਫ 4 ਰਿਸੋਰਸਿਸ ਨੇ ਇੱਕ ਜਿਹੜਾ ਜਨਮ ਅਸਲੀ ਜਨਮ ਇੱਕ ਆਂਡਿਆਂ ਤੋਂ ਜਨਮ ਇੱਕ ਜਿਹੜਾ ਹੈਗਾ ਆ ਆਪਣੇ ਸਮਝ ਲਓ ਤੁਸੀਂ ਹਾਂਜੀ ਪਸੀਨੇ ਜਿਹੜੀ ਇਹ ਪਸੀਨਾ ਅਸਲ ਨਹੀਂ ਹੈਗਾ ਜੀ ਇਹ ਹਵਾ ਦੇ ਵਿੱਚ ਹੀ ਸਾਰੇ ਜਿਹੜੀ ਮੌਜੂਦ ਨੇ ਚੀਜ਼ ਉਹਦੇ ਨਾਲ ਜਦੋਂ ਉਹਨੂੰ ਕੰਡੀਸ਼ਨਸ ਅਪਰੋਪਰੀਏਟ ਮਿਲਦੀਆਂ ਨੇ ਉਹਨਾਂ ਦੇ ਨਾਲ ਉਹ ਮਲਟੀਪਲਾਈ ਕਰ ਜਾਂਦੀਆਂ ਸੋ ਆਮ ਤੌਰ 'ਤੇ ਜਿਹੜੇ 400 ਆਪਣੇ ਹੈਗੇ ਨੇ ਸੋਰਸਿਸ ਇਹ ਗਿਣੇ ਗਏ ਨੇ ਅਤੇ ਪਰ ਗੁਰੂ ਸਾਹਿਬ ਕਹਿੰਦੇ ਨਾ 4 ਨਹੀਂ ਕਿਰਤੀਆਂ ਖਾਣੇ ਬਹੁਤ ਜ਼ਿਆਦਾ ਇਨਫਿਨਿਟ ਕਹਿ ਰਹੇ ਨੇ ਔਰ ਇਹ ਸਾਇੰਸ ਹੁਣ ਪ੍ਰੂਵ ਕਰ ਰਹੀ ਹੈ ਜੀ ਕਿ ਜਿਹੜੇ ਆਪਣੇ ਹੈਗੇ ਨੇ ਦਰਖਤ ਵਗੈਰਾ ਜਿਹੜੀ ਵੈਜੀਟੇਸ਼ਨ ਹੈ ਇਹ ਬਹੁਤ ਤਰੀਕਿਆਂ ਨਾਲ ਰੀਪ੍ਰੋਡਿਊਸ ਹੁੰਦੀ ਹੈ ਇੱਕ ਦਾ ਤਰੀਕਾ ਨਹੀਂ ਉਹਨਾਂ ਉਹ ਬਹੁਤ ਜ਼ਿਆਦਾ ਨੇ ਜਿਵੇਂ ਫਰਜ਼ ਕੋਈ ਗ੍ਰੈਫਟਿੰਗ ਲਾ ਲਓ ਤੁਸੀਂ ਉਹ ਬਾਕੀ ਸਿੰਪਲ ਮੈਂ ਤੁਹਾਨੂੰ ਐਗਜ਼ਾਮਪਲ ਦਿਉ ਤੁਸੀਂ ਇੱਕ ਗੁਲਾਬ ਦੀ ਟਾਹਣੀ ਕੱਟ ਕੇ ਦੂਜੇ ਲਾ ਦਿਓ ਉਹ ਹੋ ਜਾਂਦੀ ਆ ਹਾਂ ਇਹਦੇ 'ਚ ਉਹ ਚੌਵਾਂ 'ਚ ਕੋਈ ਨਹੀਂ ਵਿੱਚ ਗੱਲ ਆਉਂਦੀ ਇਸੇ ਤਰ੍ਹਾਂ ਬਾਣੀ ਦੀ ਵੀ ਗੱਲ ਕਰਦੇ ਆ ਬਾਣੀ ਆਮ ਤੌਰ 'ਤੇ ਸੁਣਦੇ ਪੰਛੀਆਂ ਦੀਆਂ ਜਿਹੜੀਆਂ ਬਾਣੀਆਂ ਬਾਣੀਆਂ ਵੀ ਕਹਿੰਦੇ ਨੇ ਬੇਅੰਤ ਨੇ ਜਿਹੜੇ ਤਰੀਕੇ ਨਾਲ ਜਿਹੜੀ ਜਾਨਵਰ ਨੇ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਦੇ ਨੇ ਸ਼ਾਇਦ ਇਹਨੂੰ 2 ਮਿੰਟ ਲੱਗ ਜਾਣ ਮੈਂ ਤੁਹਾਨੂੰ 2 ਸਟੋਰੀਆਂ ਸੁਣੀਆਂ ਚਾਹੁੰਦਾ ਪਿੱਛੇ ਜਿਹੇ ਨਾਲ ਸਾਇੰਸਦਾਨਾਂ ਨੇ ਵੇਖਿਆ ਕਿ ਜਿਹੜੇ ਜ਼ੀਬਰਾਸ ਨੇ ਰਿਸਰਚ ਕਰਦੇ ਆ
ਕਿ ਦਰੱਖਤਾਂ ਦੀ ਜਿਹੜੀ ਧੌਣ ਬੜੀ ਲੰਮੀ ਹੁੰਦੀ ਆ, ਪੱਤੇ ਖਾਂਦੇ ਨੇ ਜੀ, ਇੱਕ ਦਰੱਖਤ ਤੋਂ ਪੱਤੇ ਖਾ ਕੇ ਉਹ ਅਗਲੇ ਇੱਕ ਦੋ ਦਰੱਖਤ ਛੱਡ ਕੇ ਅਤੇ ਫਿਰ ਪੱਤੇ ਖਾਂਦੇ, ਔਰ ਕੰਸਿਸਟੈਂਟਲੀ ਉਹਨਾਂ ਦਾ ਇਹੋ ਹੀ ਬਿਹੇਵੀਅਰ ਸੀ। ਉਹਨਾਂ ਸੋਚਿਆ ਵੀ ਕੀ ਗੱਲ ਹੈ, ਇਹ ਨਾਲ ਦੇ ਦਰੱਖਤ ਨੂੰ ਕਿਉਂ ਛੱਡ ਜਾਂਦੇ ਨੇ। ਉਹਨਾਂ ਨੇ ਵੇਖਿਆ ਵੀ ਜਿਹੜਾ ਨਾਲ ਦੇ ਦਰੱਖਤ ਨੇ ਜਦੋਂ ਪਹਿਲੇ 'ਚ ਪੱਤੇ ਖਾ ਰਿਹਾ ਉਹਨਾਂ 'ਚ ਪੋਇਜ਼ਨ ਪੈਦਾ ਹੋ ਜਾਂਦਾ ਜਿਹੜਾ ਉਹ ਖਾ ਨਹੀਂ ਸਕਦਾ। ਉਹਦਾ ਇਹ ਮਤਲਬ ਇਹ ਆ ਕਿ ਜਿਹੜਾ ਪਹਿਲਾ ਨੈਕਸਟ ਦਰੱਖਤ ਹੈ ਜਾਂ ਉਹ ਵਾਚ ਕਰ ਰਿਹਾ ਜਾਂ ਉਹਨੂੰ ਪਹਿਲਾ ਦਰੱਖਤ ਇਹ ਮੈਸੇਜ ਭੇਜ ਰਿਹਾ ਵੀ ਇਹ ਆਹ ਗੱਲ ਹੋ ਰਹੀ ਹੈ ਤਾਂ ਤੂੰ ਆਪਣਾ ਬਚਾਅ ਕਰ ਲਾ। ਇੱਕ ਇਹਨਾਂ ਸਾਇੰਸਦਾਨਾਂ ਨੇ ਕੀ ਕੀਤਾ ਜੀ, ਜਿਵੇਂ ਅਸੀਂ ਆਪਣੇ EKG ਜਾਂ ECG ਲੈਂਦੇ ਹਾਂ ਜੀ, ਇਹਨਾਂ ਇੱਕ ਪਲੈਨ ਦੇ ਸਾਹਮਣੇ ਨਕਲੀ ਮਰਡਰ ਕੀਤਾ ਫੇਕ, ਅਤੇ ਉਹਦੇ ਇਹਨਾਂ ਨੇ ਨਾ ਉਹ ਲਾ ਕੇ ਉਹ ਇਲੈਕਟ੍ਰੋਡ ਵਗੈਰਾ ਸਕਰੀਨ 'ਤੇ ਵੇਖਿਆ ਜੀ, ਉਹਦੀਆਂ ਫੀਲਿੰਗਸ ਕਿਵੇਂ ਬਦਲਦੀਆਂ ਨੇ ਪਲਾਂਟ ਦੀਆਂ। ਅੱਛਾ, ਉਹ ਡਰ ਕੇ ਉਹ ਜਿੰਨੀ ਵਾਰੀ ਜਿਹੜਾ ਫੇਕ ਮਰਡਰ ਸੀਗਾ ਉਹਦੇ ਸਾਹਮਣੇ ਪਲੈਨਟ 'ਤੇ ਆਉਂਦਾ ਸੀ ਉਹਦਾ ਆਈਡੈਂਟੀਕਲ ਉਹ ਰੀਪ੍ਰੋਡਿਊਸ ਹੋ ਜਾਂਦਾ ਸੀ ਉਹਦਾ ਸਾਰਾ ਪ੍ਰੋਫਾਈਲ, ਉਹਦਾ ਉਹਦੀਆਂ ਫੀਲਿੰਗਸ ਦਾ। ਉਹ ਕਹਿੰਦੇ ਕੋਈ ਦਿਨ ਸ਼ਾਇਦ ਇਹੋ ਜਿਹਾ ਆਵੇ ਜਦੋਂ ਅਸੀਂ ਦਰੱਖਤਾਂ ਦੀ ਗਵਾਹੀ ਯੂਜ਼ ਕਰ ਸਕੀਏ ਜਿਹੜਾ ਬੰਦਾ ਕ੍ਰਾਈਮ ਕਰਦਾ ਉਹਨੂੰ ਪਛਾਣਨ ਦੇ ਵਿੱਚ। ਸੋ ਇਹ ਇੰਨੀਆਂ ਇਹਨਾਂ 'ਚ ਇਨਡੈਪਥ ਹੈਗੀ, ਹਾਂਜੀ ਇੰਨੀਆਂ ਕਮਿਊਨੀਕੇਸ਼ਨ ਦੇ ਵੇਜ਼ ਨੇ। ਸੋ ਆਪਾਂ ਇਸ ਗੱਲ 'ਤੇ ਪੂਰਾ ਦੇਣ ਲਾ ਸਕਦੇ ਹਾਂ ਗੁਰੂ ਸਾਹਿਬ ਨੇ ਕਿੰਨਾ ਸਾਨੂੰ ਸਾਇੰਸ ਦਾ ਨਾਂ ਲੈ ਦਿੱਤਾ, ਪਰ ਉਹ ਵਿਸ਼ਾ ਸਾਡਾ ਹੁਣ ਉਹ ਨਹੀਂ ਹੈ। ਸੋ ਪੈ ਵਿੱਚ ਧਰਤੀ ਦੱਬੀ ਪਾਰ ਤੁਸੀਂ ਐਕਸਪਲੇਨ ਕਰ ਰਹੇ ਸੀ, ਇਹ ਤੋਂ ਅਸੀਂ ਕੀ ਡਿਡਕਟ ਕਰੀਏ ਕਿ ਪੈ ਮੀਨਸ ਉਹਦਾ ਹੁਕਮ, ਉਸਦੇ ਹੁਕਮ ਦੇ ਵਿੱਚ ਜੀ ਚੱਲਦੀ ਹੈ, ਉਹਦੇ ਹੁਕਮ ਨੂੰ ਮੰਨਣਾ ਸਾਡਾ। ਉਹਨਾਂ ਇਹਨੂੰ ਬਿਲਕੁਲ ਵੇਖੋ ਕਿਤੇ ਵੀ ਬਹੁਤੀ ਡਿਟੇਲ 'ਚ ਨਹੀਂ ਗਏ, ਪਰ ਉਹਨਾਂ ਇਹ ਵਰਤ ਕੇ ਦੱਬੀ ਪਾਰ ਉਹਨਾਂ ਕੋਈ ਨਾ ਕੋਈ ਸਾਨੂੰ ਸੰਕੇਤ ਜ਼ਰੂਰ ਦਿੱਤਾ। ਨਹੀਂ ਤਾਂ ਇਹ ਵੀ ਕਹਿੰਦੇ ਵੀ ਧਰਤੀ ਉਹਦੇ ਹੁਕਮ 'ਚ ਹੀ ਆ, ਪਰ ਜਿਹੜਾ ਉਹਨਾਂ ਇਹ ਦੱਬੀ ਭਾਰ ਵਰ ਉਹਨਾਂ ਦੀ ਇੱਕ ਖਾਸ ਸਿਫਤ ਗੁਰੂ ਨਾਨਕ ਸਾਹਿਬ ਦੀ ਇਹ ਹੈ, ਸਾਰੇ ਗੁਰੂ ਸਾਹਿਬਾਨ ਦੀ, ਉਹ ਕੋਈ ਵਾਧੂ ਜਿਹੜੇ ਲਫ਼ਜ਼ ਨੇ ਉਹਨਾਂ ਨੂੰ ਜਿਹੜੀ ਪੋਇਟਰੀ ਆ ਉਹਦਾ ਮੀਟਰ ਰੱਖਣ ਵਾਸਤੇ ਯੂਜ਼ ਨਹੀਂ ਕਰਦੇ ਵੀ ਉਹਦਾ ਮੀਟਰ ਮੇਨਟੇਨ ਕਰਨ ਵਾਸਤੇ ਇਹਨੂੰ ਯੂਜ਼ ਕਰ ਲਓ ਜੀ, ਲੋ ਉਹਨਾਂ ਪੂਰੇ ਗਿਣ ਤੋਲ ਕੇ ਉਹ ਸ਼ਬਦ ਯੂਜ਼ ਕਰਦੇ, ਉਹਦਾ ਹਰ ਇੱਕ ਦਾ ਭਾਵ ਹੁੰਦਾ। ਪਹਿਲਾਂ ਇੱਦਾਂ ਲੱਗਦਾ ਹੁੰਦਾ ਸੀ ਜਿਵੇਂ ਇਹ ਉਹ ਬਈ ਮੀਟਰ ਠੀਕ ਰੱਖਣ ਵਾਸਤੇ ਵਰਤੇ ਗਏ ਨੇ ਜਾਂ ਕਿੱਦਾਂ, ਨਾਟ ਐਟ ਆਲ। ਜੋ ਤੁਸੀਂ ਉਹਨੂੰ ਜ਼ਿਆਦਾ ਡੀਪਲੀ ਸੋਚਦੇ ਹੋ ਤੁਹਾਨੂੰ ਪਤਾ ਲੱਗਦਾ ਵੀ ਹਰ ਇੱਕ ਜਿਹੜਾ ਸ਼ਬਦ ਉਹਨਾਂ ਵਰਤਿਆ ਉਹਦਾ ਬਹੁਤ ਗਹਿਰੇ ਮੀਨਿੰਗ ਹੈ। ਠੀਕ, ਇਸੇ ਕਰਕੇ ਮੈਂ ਇਸ ਪਾਸੇ ਪ੍ਰੇਰਿਤ ਹੋਇਆ ਸੀ ਵੀ ਇਹਦਾ ਦੱਬੀ ਭਾਰ ਦਾ ਕੋਈ ਮਾਮੂਲੀ ਆ, ਇਹ ਨਹੀਂ ਵੀ ਉਹਨੂੰ ਸਿਰਫ ਕਵਿਤਾ ਜੋੜਨ ਵਾਸਤੇ, ਹਾਂ ਭੈਵੇਂ ਚੇਂਦੇ ਸਿਰੇ ਫਿਰ ਭਾਰ ਜਿਹੜੀ ਗੱਲ ਉਹਦੇ ਨਾਲ ਜੋੜਨ ਵਾਸਤੇ ਉਹਨੂੰ ਵਰਤਿਆ, ਨੋ ਇਹਦੇ ਹਰ ਇੱਕ ਦੇ ਖਾਸ ਮੀਨਿੰਗ। ਅਤੇ ਹੋਰ ਸਰ ਹਰਪ੍ਰੀਤ ਸਿੰਘ ਦੇ ਦੋ ਸ਼ਬਦ ਨੇ, ਜੇ ਟਾਈਮ ਹੋਵੇ ਤਾਂ ਮੈਂ ਵੀ ਤੁਹਾਨੂੰ ਉਹ ਵੀ ਸਾਂਝੇ ਕਰ ਸਕਦਾ। ਡੈਫੀਨੇਟਲੀ, ਇੱਕ ਸ਼ਬਦ ਹੈਗਾ ਜੀ ਕਿ ਇਹ ਹੈਗਾ ਫਰੀਦ ਸਾਹਿਬ ਦਾ ਸਲੋਕ ਹੈ, ਉੱਥੇ ਆਉਂਦਾ ਹੈ ਕਿ ਕੰਧ ਕੁਹਾੜਾ, ਕੰਧ ਮਤਲਬ ਮੋਢਾ, ਇਹਨੂੰ ਹਿੰਦੀ 'ਚ ਕਿਹਨੂੰ ਕੰਨ ਵੀ ਕਹਿ ਲੈਂਦੇ ਨੇ, ਆਪਾਂ ਪੰਜਾਬੀ 'ਚ ਵੀ ਕੰਨ ਵਰਤਦੇ ਹਾਂ, ਉਹ ਆਪਣੇ ਬੋਲਦਾ ਦੇ ਕੰਨ ਪੈ ਗਿਆ ਜੀ। ਕੰਧ ਕੁਹਾੜਾ ਸਿਰ ਘੜਾ ਪਾਣੀ ਦਾ, ਵਣ ਕੈਸਰ ਲੋਹਾਰ, ਫਰੀਦਾ ਹੋਂ ਲੋੜੀ ਸ਼ੋ ਆਪਣਾ, ਤੂੰ ਲੋੜੇ ਅੰਗਿਆਰ ਜੀ। ਅਤੇ ਜਿਹੜੇ ਪ੍ਰਚਲਿਤ ਅਰਥ ਨੇ ਮੈਂ ਪੜ੍ਹੇ ਨੇ, ਪਹਿਲੀ ਚਲੋ ਐਡੀ ਗੱਲ ਔਖੀ ਨਹੀਂ ਹੈਗੀ, ਕੰਧ ਕੁਹਾੜਾ ਸਿਰ ਘੜਾ ਵਣ ਕੈਸਰ ਲੋਹਾਰ, ਕੈਸਰ ਜਿਹੜਾ ਆ ਉਹ ਕਈਆਂ ਨੇ ਤਾਂ ਸਿਰਫ ਇਹੋ ਲਿਖਿਆ ਵੀ ਉਹ ਤਿਆਰੀ 'ਚ ਆ ਉਹਨੂੰ ਦਰਖਤ ਨੂੰ ਦਰਖਤ 'ਤੇ ਵਾਰ ਕਰਨ ਨੂੰ। ਓਕੇ, ਪ੍ਰੋਫੈਸਰ ਸਾਹਿਬ ਸੋਹਣਾ ਬਹੁਤ ਸੋਹਣਾ ਲਿਖਿਆ, ਉਹਨੇ ਕਿਹਾ ਵੀ ਕੈਸਰ ਜਿਹੜਾ ਆ ਇਹ ਫਾਰਸੀ ਦਾ ਅੱਖਰ ਹੈ, ਇਹਦਾ ਮਤਲਬ ਹੈ ਬਾਦਸ਼ਾਹ। ਅਤੇ ਮੈਂ ਥੋੜ੍ਹੀ ਜਿਹੀ ਹੋਰ ਖੋਜ ਕਰਨਾ ਵੇਖਿਆ ਵੀ ਜਿਹੜਾ ਨਾ ਕਾਈਜ਼ਰ ਜੀ, KAISER ਕਾਈਜ਼ਰ, ਇਹ ਜਰਮਨੀ ਅਤੇ ਰੋਮਨ ਦੇ ਵਿੱਚ ਵਰਤਿਆ ਜਾਂਦਾ ਸੀ ਹਕੂਮਤਾਂ ਹਾਕਮਾਂ ਵਾਸਤੇ। ਠੀਕ, ਅਤੇ ਕਾਈਜ਼ਰ ਦਾ ਹੀ ਪਰਸ਼ੀਅਨ ਜਿਹੜਾ ਰੂਪ ਹੈਗਾ ਉਹ ਕੈਸਰ ਹੈ। ਓਕੇ, ਜਿਵੇਂ ਇਹਨਾਂ ਦੇ ਆਪਣੇ ਕਾਫੀ ਨਾਂ ਨੇ, ਜਿਵੇਂ ਜੋਜ਼ਫ ਇੰਗਲਿਸ਼ ਦਾ ਆ ਇਹ ਯੂਜ਼ ਵਰਤ ਲੈਂਦੇ ਨੇ, ਇਹ ਕਾਫੀ ਇਹਨਾਂ ਦੇ ਜਿਹੜੇ ਹੈਗੇ ਨੇ ਲਫ਼ਜ਼ ਉਹ ਕਾਮਨ ਹੈਗੇ ਨੇ। ਸੋ ਇਹ ਕੈਸਰ ਜਿਹੜਾ ਸੀ ਇਹ ਬਾਦਸ਼ਾਹ ਦਾ ਲਫ਼ਜ਼ ਹੈ ਜੀ। ਇਹਦੇ 'ਚ ਉਹਨਾਂ ਪ੍ਰੋਫੈਸਰ ਸਾਹਿਬ ਨੇ ਪਹਿਲੀ ਪੰਕਤੀ ਦਾ ਤਾਂ ਇਹੋ ਅਰਥ ਕੀਤਾ ਆ ਵੀ ਜਦੋਂ ਜਿਹੜਾ ਲੁਹਾਰ ਹੈ ਇਹ ਬਣ ਦੇ ਵਿੱਚ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਅਤੇ ਇਹਨੇ ਮੋਢਾ ਰੱਖਿਆ ਅਤੇ ਆਪਣੇ ਜੇ, ਕਿਉਂਕਿ ਕਿਸੇ ਵੀ ਦਰਖਤ 'ਤੇ ਉਹ ਕੁਹਾੜਾ ਚਲਾ ਸਕਦਾ, ਇਹ ਉਹਦੀ ਮਰਜ਼ੀ ਆ, ਉਹਦੀ ਚੋਇਸ ਆ ਜੀ।
ਪਰ ਜਿਹੜਾ ਅਗਲਾ ਹੈਗਾ ਫਰੀਦਾ ਹੋਂ ਲੋੜੀ ਸ਼ੋ ਆਪਣਾ ਤੂੰ ਲੋੜੇ ਆ ਗਿਆਰ ਅਤੇ ਉਹਨਾਂ ਨੇ ਕਿਹਾ ਵੀ ਫਰੀਦ ਕਹਿੰਦੇ ਕਿ ਮੈਂ ਲੁਹਾਰ ਨੂੰ ਵੀ ਮੈਂ ਤਾਂ ਆਪਣਾ ਅਕਾਲ ਪੁਰਖ ਸ਼ੋ ਇੱਥੇ ਲੱਭਦਾ ਫਿਰਦਾ ਅਤੇ ਤੂੰ ਅਜੇ ਵੀ ਅੰਗਿਆਰਾਂ 'ਚ ਮਤਲਬ ਮਾੜੇ ਕੰਮਾਂ 'ਚ ਅੰਗਿਆਰ ਦਾ ਉਹਨਾਂ ਯੂਜ਼ ਕੀਤਾ ਅੱਖਰ ਆਪਣੇ ਕੀ ਉਹਨੂੰ ਕਹਿੰਦੇ ਵੀ ਵਕਾਰ ਓਕੇ ਤੂੰ ਅਜੇ ਇੱਥੋਂ ਅਸੀਂ ਕੀ ਡਿਡਕਟ ਕਰਨਾ ਜੀ ਇਸ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣੇ ਆ ਇਹੋ ਤਾਂ ਮੈਂ ਹਾਂਜੀ ਬ੍ਰੇਕ ਤੋਂ ਬਾਅਦ ਅੱਛਾ ਓਕੇ ਜੀ ਸ਼ੋਰ ਅੱਜ ਕੱਲ੍ਹ ਦੀ ਮਾਰਕੀਟ ਵਿੱਚ ਆਪਣੇ ਘਰ ਨੂੰ ਛੇਤੀ ਵੇਚਣ ਦੀ ਸੋਚ ਰਹੇ ਹੋ ਤਾਂ ਫਿਰ ਸਟੇਜਿੰਗ ਜ਼ਰੂਰ ਕਰਾ ਲਓ ਖਾਲੀ ਘਰ ਅਨਇਨਵਾਈਟਿੰਗ ਅਤੇ ਕੋਲਡ ਲੱਗਦਾ ਹੈ ਜਦਕਿ ਸਟੇਜ ਕੀਤਾ ਹੋਇਆ ਘਰ ਵਾਰਮਥ ਕਲਰ ਅਤੇ ਖਾਲੀ ਜਗ੍ਹਾ ਨੂੰ ਵਧੀਆ ਬਣਾ ਦਿੰਦਾ ਹੈ ਆਪਣੇ ਘਰ ਨੂੰ ਸੇਲ 'ਤੇ ਲਾਉਣ ਤੋਂ ਪਹਿਲਾਂ ਇੱਕ ਵਾਰ ਐਨ ਐਲੀਗੈਂਟ ਟੱਚ ਹੋਮ ਸਟੇਜਿੰਗ ਅਤੇ ਡਿਜ਼ਾਈਨ ਦੀ ਰੀਟਾ ਚੌਹਾਨ ਨਾਲ ਗੱਲ ਜ਼ਰੂਰ ਕਰ ਲਓ ਤਾਂ ਕਿ ਉਹ ਆਪਣੇ ਸਕਿੱਲਸ ਅਤੇ ਐਕਸਪੀਰੀਅੰਸ ਨਾਲ ਤੁਹਾਡੇ ਘਰ ਨੂੰ ਟੌਪ ਡਾਲਰਸ ਵਿੱਚ ਵੇਚਣ ਵਿੱਚ ਤੁਹਾਡੀ ਮਦਦ ਕਰ ਸਕਣ ਕਾਲ 6046576612 ਜਾਂ ਫਿਰ ਇਹਨਾਂ ਦੀ ਵੈਬਸਾਈਟ anelegantouch.ca ਤੇ ਜਾਓ ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ 6045076666 ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ ਡਾਕਟਰ ਦਵਿੰਦਰ ਸਿੰਘ ਸੇਖੋਂ ਨਾਲ ਸਾਂਝ ਪਾ ਰਹੇ ਕੁਝ ਸ਼ਬਦਾਂ ਦੀ ਜਿਨ੍ਹਾਂ ਦੇ ਬਾਰੇ ਡਾਕਟਰ ਸਾਹਿਬ ਸਾਨੂੰ ਦੱਸ ਰਹੇ ਨੇ ਕਿ ਗੁਰੂ ਸਾਹਿਬ ਕੀ ਸਾਨੂੰ ਉਹਨਾਂ ਦੇ ਵਿੱਚ ਦੱਸ ਰਹੇ ਨੇ ਆਓ ਇਸ ਬਾਰੇ ਹੋਰ ਜਾਣਕਾਰੀ ਲੈਂਦੇ ਡਾਕਟਰ ਦਵਿੰਦਰ ਸਿੰਘ ਸੇਖੋਂ ਤੋਂ ਜੀ ਡਾਕਟਰ ਸਾਹਿਬ ਜੀ ਉਹ ਆਪਾਂ ਗੱਲ ਕਰ ਰਹੇ ਸੀ ਨਾ ਫਰੀਦ ਸਾਹਿਬ ਦੇ ਸਲੋਕ ਦੀ ਅਤੇ ਉਹ ਕਹਿੰਦੇ ਨੇ ਵੀ ਫਰੀਦ ਸਾਹਿਬ ਕਹਿੰਦੇ ਨੇ ਜੋ ਪ੍ਰਚਲਿਤ ਅਰਥ ਨੇ ਜੀ ਦਰਖਤ ਰੁੱਖਾਂ ਨੂੰ ਵੀ ਭਾਈ ਮੈਂ ਤਾਂ ਆਪਣੇ ਜੰਗਲਾਂ ਦੇ ਵਿੱਚ ਰੱਬ ਲੱਭਦਾ ਫਿਰਦਾ ਜੀ ਅਤੇ ਤੂੰ ਅਜੇ ਵੀ ਅੰਗਿਆਰ ਮਤਲਬ ਵਿਕਾਰਾਂ ਦੇ ਪਿੱਛੇ ਪਿਆ ਇਸ ਜਿਹੜਾ ਸ਼ਬਦ ਅਰਥ ਸੀਗੇ ਇਹਨਾਂ ਨਾਲ ਮੈਨੂੰ ਥੋੜ੍ਹੀ ਪ੍ਰੋਬਲਮ ਆਉਂਦੀ ਹੈ ਪਹਿਲੀ ਗੱਲ ਤਾਂ ਹੈ ਕਿ ਲੱਕੜਾਂ ਵੱਢਣਾ ਲੁਹਾਰ ਦੀ ਕਿਰਤ ਹੈ ਰਾਈਟ ਬਾਕੀ ਕਿਰਤਾਂ ਵਾਂਗ ਉਹਨੇ ਲੱਕੜਾਂ ਨੂੰ ਵੱਢ ਕੇ ਕਈ ਕੁਝ ਬਣਾਉਣਾ ਉਹਦਾ ਠੀਕ ਹੈ ਉਹਦੇ ਕੋਲੇ ਬਣਾਉਂਦਾ ਚਲੋ ਇਹ ਠੀਕ ਹੈ ਕੋਲੇ ਬਣਾ ਕੇ ਉਹਨੇ ਆਪਣੀ ਭੱਠੀ ਤਿਆਰ ਕਰਨੀ ਆ ਅੱਗੇ ਸਭ ਕੁਛ ਢਾਲਣਾ ਵਿੱਚ ਉਹਦੇ ਵਿੱਚ ਮੈਨੂੰ ਕੋਈ ਵਿਕਾਰਾਂ ਵਾਲੀ ਗੱਲ ਨਹੀਂ ਲੱਗਦੀ ਉਹਦੀ ਉੱਨੀ ਸੁੱਚੀ ਕਿਰਤ ਆ ਜਿੰਨੀ ਭਾਈ ਲਾਲੋ ਜੀ ਦੀ ਸੀ ਜਿਹੜੇ ਤਰਖਾਣ ਸੀ ਉਹਨਾਂ ਦਾ ਪ੍ਰੋਫੈਸ਼ਨ ਸੀ ਗੁਰੂ ਨਾਨਕ ਸਾਹਿਬ ਉਚੇਚੇ ਉਹਨਾਂ ਕੋਲ ਪਹੁੰਚੇ ਸੋ ਲੁਹਾਰ ਦੀ ਕਿੱਦਾਂ ਮਤਲਬ ਇਹ ਜਿਹੜੀ ਕਿਰਤ ਆ ਇਹ ਮਾੜੀ ਕਿਹੜੀ ਗੱਲ ਨੂੰ ਉਹ ਵਿਕਾਰਾਂ ਨੂੰ ਵਿਕਾਰ ਕਿੱਥੋਂ ਆ ਗਏ ਇਹਦੇ ਵਿੱਚ ਦੂਜੀ ਗੱਲ ਇਹ ਹੈ ਕਿ ਜਿਹੜੇ ਕਬੀਰ ਸਾਹਿਬ ਆਪ ਉਹ ਜੰਗਲ 'ਚ ਕਦੇ ਭਗਤੀ ਕਰ ਨਹੀਂ ਸੀ ਗਏ ਜਿਹੜੇ ਕਹਿੰਦੇ ਮੈਂ ਲੋੜੀ ਸ਼ੋ ਆਪਣਾ ਉਹ ਆਪ ਲਿਖਦੇ ਨੇ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵੱਸੀ ਰੱਬ ਹੀ ਹਾਲੀਏ ਬਾਹਰੋਂ ਕਿਆ ਢੂੰਡੇ ਰੱਬ ਤੇਰੇ ਹਿਰਦੇ 'ਚ ਵੱਸਦਾ ਸੋ ਇਸ ਕਰਕੇ ਇਹ ਵੀ ਗੱਲ ਜਿਹੜੀ ਆ ਇਹ ਉਹਨਾਂ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ ਫਿਰ ਗੱਲ ਕੀ ਅਸਲ 'ਚ ਮਤਲਬ ਇਹਦਾ ਕੀ ਹੋਇਆ ਇੱਥੇ ਜਿਹੜੀ ਮੇਰੀ ਸਮਝ ਤੁਸ਼ ਬੁੱਧੀ ਕੰਮ ਕਰਦੀ ਸੀ ਉਹ ਇੱਥੇ ਇਹ ਹੈ ਕਿ ਜਿਹੜੇ ਹੈਗਾ ਨਾ ਜਦੋਂ ਜਿਹੜਾ ਉਹਨਾਂ ਦਾ ਫੋਕਸ ਹੈਗਾ ਉਹ ਕੈਸਲ 'ਤੇ ਹੈ ਨਾ ਕਿ ਲੁਹਾਰ 'ਤੇ ਕਿਉਂਕਿ ਬਾਕੀ ਸਾਰੀ ਦੁਨੀਆ ਜਿਹੜੀ ਆ ਉਹ ਵਿਕਾਰਾਂ 'ਚ ਡੁੱਬੀ ਪਈ ਆ ਉਹਨਾਂ ਲੁਹਾਰ ਨੂੰ ਕਿਉਂ ਉਹ ਚੇਚਾ ਚੁਣਿਆ ਲੁਹਾਰ ਨਾਲ ਕਿਹੜੀ ਗੱਲ ਉਹਦਾ ਉਹਨੂੰ ਕਿਉਂ ਖਾਸ ਤੌਰ 'ਤੇ ਨਾ ਚੁਣਿਆ ਗੱਲ ਲੁਹਾਰ ਦੀ ਨਹੀਂ ਗੱਲ ਕੈਸਲ ਤਾਂ ਉਹਨਾਂ ਦਾ ਫੋਕਸ ਆ ਵੀ ਕੈਸਲ ਦਾ ਮਤਲਬ ਤੂੰ ਬੜਾ ਆਕੜਿਆ ਵੀ ਬਾਅਦ ਉੱਥੇ ਕੀ ਆ ਉਹਦੀ ਹੋਮ ਹੈ ਵੀ ਮੈਂ ਕਿਸੇ ਵੀ ਦਰਖਤ 'ਤੇ ਹਥਿਆਰ ਚਲਾ ਸਕਦਾ ਸੋ ਜਿਹੜਾ ਕੈਸਰ ਆ ਨਾ ਉਹਦਾ ਮਤਲਬ ਹੈਗਾ ਹੰਕਾਰ ਉਹ 'ਚ ਨਿਮਰਤਾ ਨਹੀਂ ਉਹ ਆਪਣੇ ਹੰਕਾਰ 'ਚ ਆ ਬਹੁਤ ਆ ਸੋ ਇੱਥੇ ਫਰੀਦ ਸਾਹਿਬ ਲੁਹਾਰ ਨੂੰ ਹੰਕਾਰ ਦੇ ਨਾਲ ਜੋੜ ਰਹੇ ਨੇ ਉਹਦੇ ਕੈਸਰ ਪੁਣੇ ਨੇ ਉਹ ਲੁਹਾਰ ਨੂੰ ਆਪਣੇ ਨਹੀਂ ਉਹਦੇ ਜਿਹੜਾ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਨਾ ਉਹਦਾ ਹੰਕਾਰ ਆ ਦੂਜੇ ਪਾਸੇ ਦਰਖਤ ਜਿਹੜੇ ਨੇ ਇਹ ਹਮੇਸ਼ਾ ਹੀ ਬਹੁਤ ਨਿਮਰਤਾ ਰੱਖਦੇ ਨੇ ਇਹਨਾਂ ਸਾਨੂੰ ਵੇਖੋ ਹਰ ਕਿਸਮ ਦਾ ਸਾਨੂੰ ਧੁੱਪ ਤੋਂ ਛਾਂ ਤੋਂ ਮੀਂਹ ਤੋਂ ਬਚਾਉਂਦੇ ਨੇ ਸਾਨੂੰ ਫਲ ਦਿੰਦੇ ਨੇ ਸਾਨੂੰ ਲੱਕੜੀ ਦਿੰਦੇ ਨੇ ਇਹਨਾਂ ਦੇ ਦਵਾਈਆਂ 'ਚ ਬਹੁਤ ਪੈਂਦੇ ਨੇ ਇਹਨਾਂ ਦੇ ਪੱਤੇ ਅਤੇ ਕਈ ਕੁਝ ਔਰ ਇਹਨਾਂ ਜਿਹੜੀ ਹੈਗੀ ਆ ਦਰਖਤ ਜਿਹੜੀ ਇਹ ਨਿਮਰਤਾ ਆ ਇਹ ਗੁਰਬਾਣੀ 'ਚ ਬੜੀ ਵਾਰੀ ਡਿਸਕਸ ਹੋਈ ਆ ਜੀ ਆ ਵੇਖੋ ਹੁਣ ਇੱਕ ਫਰੀਦ ਜੀ ਆਪ ਹੀ ਫਰਮਾਉਂਦੇ ਨੇ ਇੱਕ ਸਲੋਕ ਦੇ ਵਿੱਚ ਕਹਿੰਦੇ ਫਰੀਦਾ ਸਾਹਿਬ ਦੀ ਕਰ ਚਾਕਰੀ ਦੇ ਦੀ ਲਾਹੇ ਭਰਾਂਦ ਭਟਕਣਾ ਦੂਰ ਕਰਕੇ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ ਉਹਨਾਂ ਰੁੱਖਾਂ ਦੇ ਜੇਰਾ ਚਾਹੀਦਾ ਕਿਉਂਕਿ ਰੁੱਖ ਜਿਹੜੇ ਨੇ ਇੰਨਾ ਉਹਨਾਂ 'ਤੇ ਤੁਸੀਂ ਸ਼ਸਤਰ ਚਲਾਓ ਤਰੋਸ ਨਹੀਂ ਕਰਦੇ ਹੋ ਇੰਨਾ ਕੁਛ ਦਿੰਦੇ ਨੇ ਫਿਰ ਗੁਰੂ ਅਰਜਨ ਸਾਹਿਬ ਬਿਲਕੁਲ ਇਸੇ ਖਿਆਲ ਦੇ ਨਾਲ ਉਹ ਲਿਖਦੇ ਨੇ ਸ਼ਸਤਰ ਤੀਕਣ ਕਾਠ ਡਾਰਿਓ ਮਨੇ ਨਾ ਕਿਤੋਂ ਰੋਸ ਤਿੱਖੇ ਹਥਿਆਰ ਨੇ ਅੰਦਰ ਤੋਂ ਕੱਟਿਆ ਆਪਣੇ ਮਨ 'ਤੇ ਰੋਸ ਨਹੀਂ ਕਰਦਾ
ਕਾਜ ਓਆ ਕੋਲੇ ਸਵਾਰਿਓ ਤਿੰਨਾਂ ਦਿਨੋਂ ਦੋਸ਼, ਉਹਨੂੰ ਵੱਢਣ ਦਾ ਦੋਸ਼ ਵੀ ਨਹੀਂ ਦਿੰਦਾ, ਸੋ ਉਹਦੇ ਕੰਮ ਵੀ ਸਵਾਰਦਾ। ਜੇ ਉਹਨੂੰ ਲੱਕੜ ਦੀ ਲੋੜ ਆ, ਫਰਨੀਚਰ ਬਣਾਉਣਾ ਆ, ਬੇੜੀਆਂ ਬਣਾਉਣੀਆਂ ਨੇ, ਜਹਾਜ਼ ਬਣਾਉਣੇ ਨੇ, ਕੁਝ ਵੀ ਕਰੋ, ਉਹ ਲੱਕੜ ਪ੍ਰੋਵਾਈਡ ਕਰਦਾ ਅਤੇ ਦੋਸ਼ ਵੀ ਨਹੀਂ ਦਿੰਦਾ। ਇਸ ਕਰਕੇ ਇਹ ਰੁੱਖਾਂ ਦੀ ਨਿਮਰਤਾ ਜਿਹੜੀ ਹੈ, ਇਹ ਬਹੁਤ ਗੁਰਬਾਣੀ 'ਚ ਵੀ ਮੰਨੀ ਪ੍ਰਮੰਨੀ ਆ। ਫਿਰ ਜਿਹੜੇ ਸੀਗੇ ਆਪਣੇ ਉਹ ਆਪਣੇ ਕੀ ਉਹਨੂੰ ਕਹਿੰਦੇ ਨੇ ਭੱਟ ਜਿਹੜੇ ਸੀ, ਉਹ ਵੀ ਗੁਰੂ ਆਪਣੇ ਗੁਰੂ ਸਾਹਿਬ ਦੀ ਸ਼ਿਫਤ ਕਰਨ ਵਾਸਤੇ ਲਿਖਦੇ ਨੇ ਗੁਰੂ ਅੰਗਦ ਦੇਵ ਜੀ ਦੀ। ਉਹ ਕਹਿੰਦੇ ਨੇ ਸਦਾ ਅਕਾਲ ਲਿਵ ਰਹੇ ਕਰਨ ਸਿਉਂ ਇੱਛਾ ਚਾਰੇ, ਦੁਰਮ ਸਰੂਪ ਜਿਉਂ ਨੇਵੇ ਖਵੇ ਕਸ ਬਿਮਲ ਵਿਚਾਰੇ। ਉਹਦੀ ਸਿਫਤ ਕਰਦੇ ਵੀ ਗੁਰੂ ਅੰਗਦ ਦੇਵ ਜੀ ਉਹ ਦਰਖਤ ਨੇ ਜਿਹੜੇ ਭਰੇ ਹੋਏ ਜਿਹੜਾ ਰੁੱਖ ਹੈ ਫਲਾਂ ਨਾਲ, ਉਹ ਨੀਂਦਾ ਆ ਅਤੇ ਜੇ ਉਹਨੂੰ ਵੱਟੇ ਮਾਰਦਾ ਉਹਦਾ ਉਹ ਕਸ਼ਟ ਵੀ ਝੱਲਦੇ ਨੇ, ਬਿਨਾਂ ਕਿਸੇ ਆਪਣੇ ਫਲ ਵੀ ਦਿੰਦੇ ਨੇ ਅਤੇ ਕਸ਼ਟ ਵੀ ਝੱਲਦੇ ਨੇ, ਇਹੋ ਹਿਸਾਬ ਗੁਰੂ ਅੰਗਦ ਦੇਵ ਜੀ ਦਾ। ਸੋ ਰੁੱਖਾਂ ਦੀ ਨਿਮਰਤਾ ਅਤੇ ਬਾਦਸ਼ਾਹ ਦਾ ਹੰਕਾਰ, ਇਹ ਹੰਕਾਰ ਅਤੇ ਨਿਮਰਤਾ ਦੀ ਗੱਲ ਕਰ ਰਹੇ ਨੇ, ਜਿਹੜੀ ਸਾਡਾ ਇੱਕ ਵੱਡਾ ਸੰਦੇਸ਼ ਹੈ ਬਿਲਕੁਲ ਗੁਰਬਾਣੀ ਦਾ। ਸੋ ਅਲਟੀਮੇਟਲੀ ਗੁਰੂ ਜਿਹੜੇ ਫਰੀਦ ਸਾਹਿਬ ਇਹ ਕਹਿਣਾ ਚਾਹੁੰਦੇ ਨੇ ਕਿ ਭਾਈ ਰੁੱਖ ਨੂੰ ਕਹਿ, ਉਹ ਆਪ ਨਹੀਂ ਉਹ ਕਹਿ ਰਹੇ, ਰੁੱਖ ਉਹਨਾਂ ਨੂੰ ਸਗੋਂ ਕਹਿ ਰਹੇ ਨੇ ਆਪਣੇ ਆਪਣੇ ਲੁਹਾਰ ਨੂੰ ਵੀ ਭਾਈ ਅਸੀਂ ਤਾਂ ਨਿਮਰ ਹੋ ਕੇ ਅਤੇ ਸੋਚ ਰਹੇ ਸ਼ਾਇਦ ਰੱਬ ਸਾਡੇ 'ਤੇ ਮਿਹਰਬਾਨੀ ਕਰਦੇ, ਸਾਨੂੰ ਆਪਣੇ ਨਾਲ ਮਿਲਾ ਲਏ, ਅਤੇ ਤੂੰ ਇਹ ਸਮਝ ਕੇ ਹੰਕਾਰ 'ਚ ਅਸੀਂ ਕਿਸੇ ਸਾਨੂੰ ਵੱਢ ਵੀ ਸਕਦਾ, ਜੋ ਜੀ ਕਰ ਸਕਦਾ, ਇਹ ਤੇਰੀ ਗੱਲ ਰੱਬ ਨਾਲ ਨਹੀਂ ਮਿਲ ਸਕਦੀ। ਨਿਮਰਤਾ ਧਾਰ ਰੁੱਖਾਂ ਮੇਰੇ ਉਹ ਗੱਲ ਤੁਸ਼ ਬੁੱਧੀ ਅਨੁਸਾਰ ਇਹਦੇ ਜਿਹੜੇ ਅਰਥ ਨੇ ਇਹ ਹੋਣੇ ਚਾਹੀਦੇ ਨੇ, ਨਾ ਕਿ ਲੁਹਾਰ ਨੂੰ ਇਹ ਗੱਲ ਦਾ ਜ਼ਿੰਮੇਵਾਰ ਠਹਿਰਾਇਆ ਜਾਵੇ ਅਤੇ ਤੂੰ ਵਿਕਾਰ ਪਾਲਦਾ ਹੈ। ਲੁਹਾਰ ਕੋਈ ਵਿਕਾਰ ਨਹੀਂ ਪਾਲ ਰਿਹਾ। ਬਹੁਤ ਧੰਨਵਾਦ ਜੀ, ਬਿਲਕੁਲ, ਕਿਉਂਕਿ ਇਹ ਚੀਜ਼ ਤੋਂ ਸਾਨੂੰ ਇਹ ਸਾਬਤ ਹੁੰਦਾ ਕਿ ਗੁਰਬਾਣੀ ਜਦੋਂ ਵੀ ਪੜ੍ਹੀਏ ਉਸਨੂੰ ਸੋਚ ਸਮਝ ਕੇ ਪੜ੍ਹੀਏ, ਜਦੋਂ ਜਿੰਨਾ ਡੀਪ ਜਾਵਾਂਗੇ ਉੱਨਾ ਹੀ ਉਸ ਤੋਂ ਸਾਨੂੰ ਹੋਰ ਰਸ ਮਿਲੇਗਾ ਅਤੇ ਬਿਲਕੁਲ ਬਿਲਕੁਲ ਮਿਲੇਗਾ ਬਿਲਕੁਲ। ਡਾਕਟਰ ਸਾਹਿਬ ਇੱਥੇ ਆ ਕੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਉਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਫੋਰ ਯੋਰ ਟਾਈਮ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ। ਸੋ ਇਸ ਨਾਲ ਹੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com। ਜੋ ਅਸੀਂ ਕੋਸ਼ਿਸ਼ਾਂ ਕਰਦੇ ਹਾਂ ਵੱਖਰੇ ਵੱਖਰੇ ਬੁਲਾਰਿਆਂ ਨੂੰ ਬੁਲਾ ਕੇ ਤੁਹਾਡੇ ਨਾਲ ਸਾਂਝ ਪਾਉਣ ਦੀ, ਅਗੇਨ ਮਕਸਦ ਇਹੀ ਹੁੰਦਾ ਹੈ ਕਿ ਅਸੀਂ ਸਾਰੇ ਆਪ ਇੱਕ ਸੇਧ ਲੈ ਸਕੀਏ ਜਿਹੜੇ ਸਾਡੇ ਬੁਲਾਰੇ ਆਉਂਦੇ ਨੇ। ਬੁਲਾਰਿਆਂ ਦਾ ਆਪਣਾ ਐਕਸਪੀਰੀਅੰਸ, ਆਪਣੀ ਨੌਲੇਜ, ਆਪਣੀ ਇਨਡੈਪਥ ਸਟੱਡੀ ਜਿਹੜੀ ਹੈ ਉਸ ਦੇ ਆਧਾਰ 'ਤੇ ਡਾਕਟਰ ਸਾਹਿਬ ਨੂੰ ਜਿਹੜੀ ਗੱਲ ਕੀਤੀ ਅੱਜ ਤੁਹਾਡੇ ਨਾਲ ਸਾਂਝ ਪਾਈਏ। ਐਂਡ ਅਗੇਨ ਇਹ ਪੂਰਾ ਮੁਕੰਮਲ ਨਹੀਂ, ਜਿਸ ਤਰ੍ਹਾਂ ਇਹਨਾਂ ਨੇ ਆਪ ਵੀ ਕਿਹਾ, ਹਰ ਇੱਕ ਵਿਅਕਤੀ 'ਤੇ ਇਹ ਫਰਜ਼ ਬਣਦਾ ਹੈ। ਗੁਰੂ ਸਾਹਿਬ ਵੀ ਸਾਨੂੰ ਇਹ ਕਹਿੰਦੇ ਨੇ ਕਿ ਗੁਰਬਾਣੀ ਨੂੰ ਵਾਰ ਵਾਰ ਪੜ੍ਹ ਕੇ ਅਸੀਂ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ। ਸੋ ਜੋ ਇਹ ਸਫ਼ਰ ਹੈ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਤੁਹਾਡਾ ਸਾਰਿਆਂ ਦਾ ਧੰਨਵਾਦ। ਸਮਾਂ ਕੱਢ ਕੇ ਪ੍ਰੋਗਰਾਮ ਨੂੰ ਤੁਸੀਂ ਦੇਖਦੇ ਹੋ ਅਤੇ ਪਸੰਦ ਕਰਦੇ ਹੋ, ਅਸੀਂ ਸਮਾਂ ਖਰੀਦਦੇ ਹਾਂ ਜੋਏ ਟੀਵੀ ਤੋਂ, ਉਸ ਤੋਂ ਬਾਅਦ ਤੁਹਾਡੇ ਤੱਕ ਪਹੁੰਚ ਕਰਦੇ ਹਾਂ। ਸੋ ਚਾਹਾਂਗੇ ਤੁਹਾਡਾ ਸਹਿਯੋਗ ਥਰੂ ਸਪੋਂਸਰਸ਼ਿਪ ਜਾਂ ਥਰੂ ਐਡਵਰਟਾਈਜ਼ਮੈਂਟ। ਜਿਹੜੇ ਆਲਰੇਡੀ ਸਾਡੇ ਐਡਵਰਟਾਈਜ਼ਰਸ ਹੈਗੇ ਨੇ ਉਹਨਾਂ ਨੂੰ ਜ਼ਰੂਰ ਸਪੋਰਟ ਕਰੋ ਤਾਂ ਕਿ ਨਿਰੰਤਰ ਉਹ ਸਾਡੇ ਨਾਲ ਜੁੜੇ ਰਹਿਣ ਅਤੇ ਅਸੀਂ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਇੱਥੇ ਹੀ ਕਰਦਾ ਪ੍ਰੋਗਰਾਮ ਦੀ ਸਮਾਪਤੀ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।